ਰੈੱਡ ਕ੍ਰਾਸ ਸੋਸਾਇਟੀ ਦਫ਼ਤਰ ਵਿੱਚ ਪਿਛਲੇ ਦਿਨੀ ਕੋਈ ਅਣਜਾਣ ਵਿਅਕਤੀ ਇੱਥੇ ਲੱਗੇ ਪੰਗੂੜੇ ਵਿੱਚ ਆਪਣੀ 1 ਸਾਲ ਦੀ ਬੱਚੀ ਰੱਖ ਕੇ ਚਲਾ ਗਿਆ ਸੀ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਰੈੱਡ ਕ੍ਰਾਸ ਸੋਸਾਇਟੀ ਵੱਲੋਂ ਬੱਚੀ ਨੂੰ ਪ੍ਰਾਪਤ ਕਰਨ ਤੋਂ ਬਾਅਦ ਲਾਪਾ ਸਕੀਮ ਅਧੀਨ ਸਵਾਮੀ ਗੰਗਾਨੰਦਪੁਰੀ ਵਾਲੇ ਫੈਡਰੇਸ਼ਨ ਧਾਮ ਤਲਵੰਡੀ ਖੁਰਦ ਲੁਧਿਆਣਾ ਦੇ ਅਧਿਕਾਰੀਆਂ ਨੂੰ ਲੜਕੀ ਸੌਂਪ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਸੀ ਸੰਘਾ ਨੇ ਦੱਸਿਆ ਕਿ ਹੁਣ ਤੱਕ ਇਸ ਪੰਗੂੜੇ ਵਿੱਚ 150 ਬੱਚੇ ਆ ਚੁੱਕੇ ਹਨ। ਸੰਘਾ ਨੇ ਕਿਹਾ ਕਿ ਅੱਜ ਵੀ ਕਈ ਲੋਕ ਲੜਕੀਆਂ ਨੂੰ ਚੰਗਾ ਨਹੀਂ ਸਮਝਦੇ, ਜਿਸ ਕਾਰਨ ਉਹ ਛੋਟੀਆਂ ਬੱਚੀਆਂ ਨੂੰ ਪੰਗੂੜੇ ਵਿੱਚ ਛੱਡ ਜਾਂਦੇ ਹਨ ਅਤੇ ਇਹ ਸੋਚ ਨੂੰ ਬਦਲਣ ਦੀ ਲੋੜ ਹੈ। ਸੰਘਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਲੜਕਿਆਂ ਤੋਂ ਹਰ ਖੇਤਰ ਵਿੱਚ ਅੱਗੇ ਹਨ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਵਿਦਿਆ ਦੇ ਆਏ ਰਿਜ਼ਲਟ ਇਸ ਦਾ ਤਾਜ਼ਾ ਸਬੂਤ ਹਨ। 150 ਬੱਚਾ ਔਰ ਇਹ ਲੜਕੀ ਹੈ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਰੈੱਡ ਕ੍ਰਾਸ ਵੱਲੋਂ ਜਿਹੜੀ ਇਹ ਪੰਗੂੜਾ ਸੰਸਥਾ ਚਲਾਈ ਜਾ ਰਹੀ ਹੈ, ਬੜੀ ਯੂਨੀਕ ਹੈ। ਔਰ ਇਹਦੇ 'ਚ ਜਿਹੜੇ ਕੋਈ ਬੱਚੇ ਅਬੰਡਨ ਕਰ ਦਿੱਤੇ ਜਾਂਦੇ ਸੀਗੇ ਜਾਂ ਕਿਤੇ ਸਿੱਟ ਦਿੱਤੇ ਜਾਂਦੇ ਸੀ ਕਿਸੇ ਨਾ ਕਿਸੇ ਕਾਰਨ ਵਾਸਤੇ, ਉਹ ਬੱਚਿਆਂ ਨੂੰ ਬਚਾਉਣ ਵਾਸਤੇ ਇਹ ਇੱਕ ਵਰਦਾਨ ਸਾਬਤ ਹੋਈ ਹੈ। ਸੰਸਥਾ ਜਿਹੜੀ 2008 1 ਜਨਵਰੀ ਤੋਂ ਹੋਂਦ ਵਿੱਚ ਆਈ ਸੀਗੀ, ਔਰ ਇਸ ਬੱਚੀ ਦੇ ਆਉਣ ਨਾਲ ਇਹ 150 ਬੱਚਾ ਜਿਹੜਾ ਇਸ ਸੰਸਥਾ ਦੇ ਵੱਲੋਂ ਬਚਾਇਆ ਗਿਆ। ਔਰ ਇੱਕ ਪ੍ਰੋਪਰ ਅਡੋਪਸ਼ਨ ਦੀ ਵਿਧੀ ਅਪਣਾਈ ਜਾਂਦੀ ਹੈ, ਪਹਿਲਾਂ ਮੈਡੀਕਲ ਕਰਾਇਆ ਜਾਂਦਾ, ਅਡੋਪਸ਼ਨ ਵਾਸਤੇ ਸਾਰੇ ਪੇਪਰਸ ਕੀਤੇ ਜਾਂਦੇ ਆ। ਅਤੇ ਮੈਂ ਸਮਝਦਾ ਕਿ ਬੜੀ ਇਸ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਬਹੁਤ ਹੀ ਵਧੀਆ ਸੰਸਥਾ ਚੱਲ ਰਹੀ ਹੈ। ਦੇਖੋ ਅਜਿਹੇ ਬੱਚੇ ਅਬੰਡਨ ਕੀਤੇ ਜਾਂਦੇ ਆ ਤਾਂ ਦੇਖੋ ਇਹਦੇ ਵਿੱਚ ਜ਼ਿਆਦਾਤਰ ਲੜਕੀਆਂ ਹੁੰਦੀਆਂ, ਜਿੱਥੋਂ ਇਹ ਲੱਗਦਾ ਕਲੀਅਰ ਹੁੰਦਾ ਕਿ ਗਰਲ ਚਾਈਲਡ ਵਾਸਤੇ ਜਾਂ ਬੱਚੀ ਵਾਸਤੇ ਲੋਕ ਉਹਨੂੰ ਪਾਲਣਾ ਕਈ ਵਾਰੀ ਬੋਝ ਮਹਿਸੂਸ ਕਰਦੇ ਆ। ਇਹੀ ਕਾਰਨ ਹੈ ਕਿ ਸਮਾਜ ਦੇ ਵਿੱਚ ਅਜੇ ਵੀ ਅੱਜ ਦੇ ਦਿਨ ਵਿੱਚ ਵੀ ਬੱਚਿਆਂ ਨੂੰ ਉਹ ਸਥਾਨ ਨਹੀਂ ਦਿੱਤਾ ਜਾਂਦਾ। ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ, ਅਪੀਲ ਹੈ ਸਾਰੇ ਸਿਟੀਜ਼ਨਸ ਨੂੰ, ਸਾਰੇ ਸ਼ਹਿਰੀਆਂ ਨੂੰ, ਨਿਵਾਸੀਆਂ ਨੂੰ, ਕਿ ਬੱਚਿਆਂ ਨੂੰ ਓਨੀ ਵੀ ਇੰਪੋਰਟੈਂਸ ਦੇਣੀ ਚਾਹੀਦੀ ਹੈ। ਤੁਸੀਂ ਦੇਖਿਆ ਹੋਣਾ ਅੱਜ ਹੀ ਇੱਕ ਰਿਜ਼ਲਟ ਆਇਆ ਜਿਹੜਾ 10ਵੀਂ ਦਾ, ਇਹਦੇ 'ਚ ਬੱਚੀਆਂ ਨੇ ਮੁੰਡਿਆਂ ਨਾਲੋਂ ਬੈਟਰ ਪਰਫੋਰਮੈਂਸ ਦਿੱਤੀ ਹੈ ਕਿਤੇ ਹੀ। ਅਤੇ ਇੱਥੋਂ ਇਹ ਵੀ ਪਤਾ ਲੱਗਦਾ ਕਿ ਉਹਨਾਂ 'ਚ ਕਿਸੇ ਵੀ ਕੰਮ ਦੀ ਜਿਹੜੀ ਕੈਪੇਬਿਲਿਟੀ ਹੈ ਉਹ ਮੁੰਡਿਆਂ ਤੋਂ ਘੱਟ ਨਹੀਂ, ਸਗੋਂ ਵੱਧ ਭਾਵੇਂ ਹੋਵੇ। ਔਰ ਆਮ ਸਮਾਜ ਦੇ ਵਿੱਚ ਭਾਵੇਂ ਕਿਹਾ ਜਾਂਦਾ ਕਿ ਬੱਚੀਆਂ ਆਪਣੇ ਪੇਰੈਂਟਸ ਦੇ ਜ਼ਿਆਦਾ ਕੰਮ ਆਉਂਦੀਆਂ, ਬੁਢਾਪੇ ਵਿੱਚ ਵੀ ਜ਼ਿਆਦਾ ਤੇ ਪਿਆਰ ਦੇ ਨਾਲ ਬੱਚਿਆਂ ਆਪਣੇ ਪੇਰੈਂਟਸ ਦੀ ਸੇਵਾ ਕਰਦੀਆਂ। ਸੋ ਮੈਂ ਅਪੀਲ ਕਰਦਾ ਕਿ ਜਿਵੇਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਤਹਿਤ ਵੀ ਗਵਰਨਮੈਂਟ ਦਾ ਇੰਨਾ ਜ਼ੋਰ ਲੱਗਿਆ, ਬੜੇ ਵਧੀਆ ਤਰੀਕੇ ਦੇ ਨਾਲ ਪ੍ਰੈਸ ਦੇ ਅਤੇ ਹਰ ਇੱਕ ਸਮਾਜ ਦੇ ਅੰਗ ਦੇ ਰਾਹੀਂ ਇਹ ਪ੍ਰਚਾਰ ਕੀਤਾ ਜਾਂਦਾ। ਸੋ ਇਸ ਅੱਜ ਮੌਕੇ 'ਤੇ ਵੀ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਬੱਚਿਆਂ ਦਾ ਪਾਲਣ ਪੋਸ਼ਣ ਪੜ੍ਹਾਉਣ ਦਾ ਜਿਹੜਾ ਜ਼ਿੰਮਾ ਪੇਰੈਂਟਸ ਬਾਖੂਬੀ ਨਿਭਾਉਣ, ਤਾਂ ਜੋ ਸਮਾਜ ਜਿਹੜਾ ਇੱਕ ਸੱਭਿਅ ਸਮਾਜ ਵਾਂਗਰ, ਇੱਕ ਐਡਵਾਂਸ ਸੋਸਾਇਟੀ ਵਾਂਗ ਅਸੀਂ ਵੀ ਕਹਿ ਸਕੀਏ ਕਿ ਸਾਡੇ ਕੋਲ ਜਿਹੜੀਆਂ ਬੱਚੀਆਂ ਉਹਨਾਂ ਦਾ ਸਥਾਨ ਬੱਚਿਆਂ ਵਰਗਾ ਹੀ ਹੈ।